ਹੁਣ ਬੇਨਤੀ ਆ ਲੱਖੇ ਸੁਧਾਣੇ ਨੂੰ ਆਵੇ ਔਰ ਸੀਮਤ ਸਮੇਂ ਦੇ ਵਿੱਚ ਆਪਣੇ ਜਿਹੜੇ ਵਿਚਾਰ ਆ ਕਿਸਾਨ ਵੀਰਾਂ ਦੇ ਨਾਲ ਸਾਂਝੇ ਕਰਨ। ਸਾਡੇ ਕੋਲ ਹਾਈ ਕੋਰਟ ਦੇ ਵਕੀਲ ਪਹੁੰਚੇ ਆ, ਬਾਕੀ ਸਾਰੇ ਪ੍ਰਧਾਨ ਸਾਡੇ ਕੋਲ ਬੈਠੇ ਪਏ ਆ, ਇਹਨਾਂ ਨੇ ਜ਼ਰੂਰ ਬੋਲਣਾ, ਇਹਨਾਂ ਨੂੰ ਟਾਈਮ ਦਿੱਤਾ ਜਾਵੇ। ਮੈਂ ਬੋਲੂੰਗਾ ਆਪਾਂ ਕਿੱਥੇ ਆਏ ਆ, ਸਾਰਿਆਂ ਨੇ ਕਹਿਣਾ ਮੋਦੀ ਦੀ ਮਕਾਨ ਤੇ। ਕਿਸਾਨ ਕਿੱਥੇ ਆਏ ਆ, ਕਿਸਾਨ ਕਿੱਥੇ ਆਏ ਆ, ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ। ਲੱਖਾ ਸਧਾਣਾ ਜੀ ਸੀਮਤ ਸਮੇਂ ਵਾਸਤੇ ਮੰਚ ਤੇ ਆਉਣ। ਬੋਲੇ ਸੋ ਨਿਹਾ, ਕਹਿੰਦੇ ਬਣੀ ਸਿਰ ਸੇਰਾਂ ਦੇ ਕੀ ਜਾਣਾ ਭੱਜ ਕੇ, ਮੇਰੇ ਸਿਰ ਲੱਥ ਜੋਧਿਓ ਜੁਝਾਰੂ ਲੋਕੋ। ਅੱਜ ਇਹ ਲੜਾਈ ਹੈ ਜਿਹੜੀ, ਇਹ ਜੰਗ ਹੈ ਜਿਹੜੀ, ਉਸ ਮੁਕਾਮ ਤੇ ਪਹੁੰਚ ਚੁੱਕੀ ਹੈ ਕਿ ਜਿੱਥੇ ਇੱਕ ਗੱਲ ਹੋਣੀ ਹੈ, ਜਾਂ ਤਾਂ ਸਾਡੀ ਹੋਂਦ ਨੇ ਜਿੱਤਣਾ, ਸਾਡੀ ਹੋਂਦ ਦਾ ਸਵਾਲ ਹੈ, ਤੇ ਜਾਂ ਹੰਕਾਰ ਨੇ ਜਿੱਤਣਾ। ਪਰ ਸਾਡਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅਸੀਂ ਹਮੇਸ਼ਾ ਹੀ ਵੱਡੇ ਵੱਡੇ ਜਰਵਾਣਿਆਂ ਦੇ, ਨਾਬਰਾਂ ਦੇ, ਜਾਬਰਾਂ ਦੇ ਹੰਕਾਰਾਂ ਨੂੰ ਤੋੜ ਕੇ ਚੱਕਣਾ ਚੂਰ ਕਰਦੇ ਰਹੇ ਹਾਂ। ਮਸਲਾ ਇਕੱਲਾ ਫਸਲਾਂ ਦਾ ਨਹੀਂ ਹੈ, ਮਸਲਾ ਸਾਡੀਆਂ ਨਸਲਾਂ ਦਾ ਵੀ ਹੈ। ਅਸੀਂ ਆਉਣ ਵਾਲੀਆਂ ਆਪਣੀ ਨਸਲਾਂ ਦੀ ਹੋਂਦ ਨੂੰ, ਆਪਣੇ ਵਜੂਦ ਨੂੰ ਕਿਵੇਂ ਜਿਉਂਦਾ ਰੱਖਣਾ, ਕਿਵੇਂ ਬਚਾਉਣਾ ਹੈ, ਮਸਲਾ ਇਹ ਵੀ ਹੈਗਾ, ਜੰਗ ਦਾ ਹਿੱਸਾ ਕਿ ਇਹ ਵੀ ਹੈਗਾ। ਇੱਕ ਗੱਲ ਯਾਦ ਰੱਖਿਓ, ਆਪਣੇ ਚੇਤਿਆਂ ਦੇ ਵਿੱਚ, ਆਪਣੇ ਦਿਲਾਂ ਦੇ ਵਿੱਚ, ਆਪਣੇ ਦਿਮਾਗ ਦੇ ਵਿੱਚ ਇਹ ਗੱਲ ਫਿੱਟ ਕਰ ਲਿਓ ਕਿ ਆਹ ਰੋਹ ਨੇ ਜਿਹੜੇ, ਆਹ ਲਹਿਰਾਂ ਨੇ ਜਿਹੜੀਆਂ, ਆ ਜੰਗਾਂ ਨੇ ਜਿਹੜੀਆਂ, ਰੋਜ਼ ਰੋਜ਼ ਨਹੀਂ ਲੜੀਆਂ ਜਾਂਦੀਆਂ। ਕਈ ਦਹਾਕਿਆਂ ਬਾਅਦ ਆ ਰੋਹ, ਆ ਜਜ਼ਬਾਤ, ਆ ਹੌਸਲਾ, ਆ ਜਵਾਨੀ ਦਾ ਜਾਹੋ ਜਲਾਲ ਦੇਖਣ ਨੂੰ ਮਿਲਿਆ। ਕਈ ਦਹਾਕੇ ਲੱਗ ਗਏ, ਸਮੇਂ ਤੇ ਸਾਡੀ ਜਵਾਨੀ ਨੂੰ ਮਾਰਿਆ ਗਿਆ, ਲਤਾੜਿਆ ਗਿਆ, ਨਸ਼ਿਆਂ ਦੇ ਵਿੱਚ ਗਲਤਾਨ ਕੀਤਾ ਗਿਆ। ਪਰ ਅੱਜ ਆ ਸਾਡੇ ਪੰਜਾਬ ਦੀ ਜਵਾਨੀ ਨੇ ਦਿਖਾਤਾ ਕਿ ਨਹੀਂ, ਅਸੀਂ ਮਰੇ ਨਹੀਂ, ਅਸੀਂ ਜਿਉਂਦੇ ਹਾਂ, ਅਸੀਂ ਮਰੇ ਨਹੀਂ, ਅਸੀਂ ਜਿਉਂਦੇ ਹਾਂ। ਸੋ ਬਹੁਤ ਤਰ੍ਹਾਂ ਦੀਆਂ ਅਫਵਾਹਾਂ ਆਉਂਦੀਆਂ ਨੇ ਕਿ ਆਰਮੀ ਲੱਗ ਗਈ ਜੀ, 100 ਗੱਡੀ ਇਧਰੋਂ ਆਉਂਦੀ ਆ ਜੀ, ਦਿੱਲੀ ਨੂੰ ਘੇਰ ਲਿਆ ਜੀ। ਕੋਈ ਗੱਲ ਨਹੀਂ ਆ, ਕੋਈ ਗੱਲ ਨਹੀਂ, ਜੇ ਅਸੀਂ ਆਪਣੀ ਹੋਂਦ ਲਈ ਲੜ ਰਹੇ ਹਾਂ ਨਾ, ਆਰਮੀ ਆ ਜੇ, ਚਾਹੇ ਪੂਰੇ ਮੁਲਕ ਦੀ ਆਰਮੀ ਆ ਕੇ ਲੱਗ ਜੇ ਇੱਥੇ, ਚਾਹੇ ਬਾਹਰੋਂ ਵੀ ਕਿਸੇ ਦੇਸ਼ ਦੀ ਆਰਮੀ ਬੁਲਾ ਲੈਣ, ਕੋਈ ਗੱਲ ਨਹੀਂ। ਜੇ ਸਾਨੂੰ ਹਿੱਕਾਂ ਡਾਉਣੀਆਂ ਪਈਆਂ, ਸਾਨੂੰ ਡਾਂਗਾਂ ਖਾਣੀਆਂ ਪਈਆਂ, ਸਾਨੂੰ ਗੋਲੀਆਂ ਖਾਣੀਆਂ ਪਈਆਂ, ਉਹ ਖਾ ਕੇ ਮੁੜਾਂਗੇ। ਯਾਦ ਰੱਖਿਓ, ਜੇ ਇੱਥੋਂ ਅਸੀਂ ਕਿਤੇ ਹਾਰ ਗਏ ਨਾ, ਤਾਂ ਯਾਦ ਰੱਖਿਓ ਸਾਡਾ ਜਿਹੜਾ ਬੁਰਾ ਹਾਲ ਹੋਣਾ, ਅਸੀਂ ਸੋਚ ਵੀ ਨਹੀਂ ਸਕਦੇ। ਇਹੋ ਜਿਹੇ ਹਾਲਾਤ ਸਾਡੇ ਇਸ ਮੋਦੀ, ਇਹ ਸੰਘੀ ਸਰਕਾਰ ਨੇ ਕਰਨੇ ਹੈ। ਜੇ ਇੱਥੋਂ ਅਸੀਂ ਕੋਈ ਟਪਲਾ ਖਾ ਕੇ, ਕੋਈ ਗਲਤੀ ਕਰ ਗਏ, ਤਾਂ ਨਾ ਸਾਨੂੰ ਇਤਿਹਾਸ ਨੇ ਮਾਫ਼ ਕਰਨਾ, ਨਾ ਸਾਨੂੰ ਆਉਣ ਵਾਲੀਆਂ ਨਸਲਾਂ ਨੇ ਮਾਫ਼ ਕਰਨਾ, ਨਾ ਅਸੀਂ ਆਪਣੇ ਆਪ ਨੂੰ ਮਾਫ਼ ਕਰਨਾ। ਜਿਹੜੇ ਹਾਲੇ ਵੀ ਘਰਾਂ 'ਚ ਬੈਠੇ ਸੋਚੀ ਜਾਂਦੇ ਆ ਕਿ ਕੋਈ ਗੱਲ ਨਹੀਂ, ਚੱਲਾਂਗੇ, ਕੱਲ੍ਹ ਨੂੰ ਚੱਲਾਂਗੇ, ਪਰਸੋਂ ਚੱਲਾਂਗੇ, 9 ਤਰੀਕ ਦੇਖਦੇ ਆ ਕੀ ਫੈਸਲਾ ਆਉਂਦਾ, ਫਿਰ ਚੱਲਾਂਗੇ, ਨਹੀਂ ਯਾਰ, ਅੱਜ ਸਾਡਾ ਫਰਜ਼ ਬਣਦਾ ਕਿ ਇਕੱਲਾ ਇਕੱਲਾ ਇਨਸਾਨ, ਇਕੱਲਾ ਇਕੱਲਾ ਪੰਜਾਬ, ਹਰਿਆਣੇ ਦੇ ਨੌਜਵਾਨ, ਬਜ਼ੁਰਗ, ਸਾਡੀਆਂ ਮਾਵਾਂ, ਭੈਣਾਂ, ਸਾਰਿਆਂ ਨੂੰ ਉੱਠ ਕੇ ਦਿੱਲੀ ਆਉਣਾ ਚਾਹੀਦਾ। ਕਿਉਂਕਿ ਅਗਲਾ ਫੈਸਲਾ ਜਥੇਬੰਦਕਾਂ ਨੇ ਕੀਤਾ ਕਿ ਜੇ ਨਹੀਂ ਮੋਦੀ ਸੁਣਦਾ, ਨਹੀਂ ਮੋਦੀ ਮੰਨਦਾ, ਤਾਂ ਫਿਰ ਚਾਹ ਫੇਰੋਂ ਦਿੱਲੀ ਨੂੰ ਘੇਰਿਆ ਜਾਊਗਾ। ਉਹਦੇ ਲਈ ਆਪਣੀ ਗਿਣਤੀ ਬਹੁਤ ਵੱਡੀ ਹੋਣੀ ਚਾਹੀਦੀ ਹੈ। ਅਫਵਾਹਾਂ ਚ ਨਾ ਆਇਆ ਕਰੋ, ਆ ਚੈਨਲ ਵਾਲੇ ਭਰਾ ਮੇਰੇ ਖੜੇ ਹੈ, ਐਵੇਂ ਉੱਤੇ ਆਪਣੀ
खबर चलाने के लिए टी आर पी दे अपने व्यू कट्ठे करने के लिए चला देंगे ने आ देखो जी ऐ हो गया पिछों गल कुछ होर होंगी है उस तरह दफवाहों तो आप बचना है। बाकी मैं नौजवानों बेनती करता कि यार शांति बनाई रखनी है जिन्ना शांति जिन्ना सबर तो असं काम लवेंगे जित साड़ी उन्नी यकीनी होनी है। एक होर मैं तुहानूं गल कहनी चाहुंदा जथेबंदियां वाले सारे सुन लैण मेरी ध्यान दे नाल गल आपां देखते हैं कबड्डी दे मैच दे विच जदों रेडर रेड पाउण जांदा ना तो चार स्टॉपर खड़े हुंदे ने तो चारां दे विचों रेडर दा दिमाग इह हुंदा वी जिहड़ा कमजोर आ चारां दे विचों उहनूं हथ ला के मैं उहनूं बाहर कढ के सामने करके पॉइंट लेके आउणा है। कल ते परसों दो दिनां दे विच अमित शाह वर्गियां दे फोन राजनाथ वर्गियां दे फोन जथेबंदियां वालियां दे कई बंदियां नूं भरावो आए है देखियो कि थड़कना जायो। कई बार ऐ हो जाता भी गृह मंत्री का फोन आ गया क्योंकि मैनू भी बिचों ही गल्लां पता लगदियां ने वह भी उस कमजोर कड़ी नूं फड़नगे उस कमजोरी नूं फड़नगे जिथों उन्हां नूं पता लगे कि इस घोल नूं असीं किवें तार पिंडो कर सकते हैं किवें खंडा सकते हैं किवें इन्हां नूं दफाड़ कर सकते हैं। इस गल की जरूर तुसीं गौर रखियो देखियो लोक रोह बनिया होया लोकां दा घोल बनिया होया लोक लड़ रहे ने। एक मैं अखीर ते बेनती करदा कि मैनू बोलण दा जे मैं कोई बोलनी है कोई गल रखनी है तो मैं मीडिया राही रख सकदा है सोशल मीडिया राही रख सकदा है सुनेहा देना हुंदा तां मैं दे सकदा है। मैं दो दिन इत्थे आके बैठ के मुड़दा रहा मैं नहीं बोलिया मैं स्टेज दे नेड़े नहीं बोलिया आया बोलण नाल मैं कोई बहुता वड्डा नहीं बन जाणा जां मैं अपने आप नूं स्थापित नहीं करना पर मेरा वीर बेनती इह है कि अज तुसीं तय कर लिओ जलील ना करिया करो इत्थे आके सानूं असीं अज मैं क्यों आके इत्थे बोलन लग्या जां क्यों बैठा जां स्टेज ते क्यों ना लिखाया। नौजवानां दी मंग सी कि भाई भावें दो मिनट बोल बोल क्योंकि तेरे नाल जिहड़ी जवानी हले भी घरां च बैठी है वह हौसले दे दुआरे इत्थे आउंदी है ते इह गल दी मेरी बेनती है तुसीं अज कोई फैसला जिहड़ी तुसी आज मेरा वीर कोई फैसला तय कर लो भी बोलना या नहीं बोलना मैं इत्थे आके बह जा मेरी हथ बन के बेनती है मैं कोई बोलने लिए नहीं आया ये पंजाब जितने लिए आया सारा पंजाब आपो अपने लिए आया कोई किसी करके नहीं आया। सो इनिया कि मेरिया बेनतियां सी वाहेगुरु जी का खालसा वाहेगुरु जी की फतेह दो नारे आप गजावांगे पूरा बुलंद आवाज दे जवाब देना किसान मजदूर एकता जिंदाबाद किसान मजदूर एकता जिंदाबाद वाहेगुरु जी का खालसा वाहेगुरु जी।